ਵੀਡੀਓ ਮੁਕੰਮਲ ਦੇਖ ਲਿਆ ਕਰੋ। ਲੋਕੇਸ਼ਨ ਪਾਣੀ ਥੱਲੇ ਪਤਾ, ਪਾਣੀ ਮਿੱਠਾ, ਕੜਵਾ, ਨਾਰਮਲ, ਸਲਾਨਾ ਪਾਣੀ, ਆਬਾਦ, ਗੈਰ ਆਬਾਦ, ਲੋਕੇਸ਼ਨ, ਡਿਮਾਂਡ, ਫੋਨ ਨੰਬਰ, ਕਾਲ ਨੰਬਰ, ਵਟਸਐਪ ਨੰਬਰ, ਹਰ ਚੀਜ਼ ਵੀਡੀਓ 'ਚ ਮੌਜੂਦ ਆਉਂਦਾ ਦੋਸਤੋ। ਵੀਡੀਓ ਮੁਕੰਮਲ ਦੇਖ ਲਿਆ ਕਰੋ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਪਾਕਿਸਤਾਨ ਅਤੇ ਦੁਨੀਆ ਭਰ 'ਚ ਵੇਖਣ ਵਾਲਿਆਂ ਅਤੇ ਸੁਣਨ ਵਾਲਿਆਂ ਨੂੰ ਮੇਰੀ ਤਰਫੋਂ ਅਸਲਾਮ ਅਲੈਕੁਮ। ਤੁਸੀਂ ਵੇਖ ਰਹੇ ਹੋ ਫੇਸਬੁੱਕ ਪੇਜ, ਯੂਟਿਊਬ ਚੈਨਲ ਪੰਜਾਬ ਜ਼ਮੀਨ ਔਨਲਾਈਨ, ਅਤੇ ਮੈਂ ਤੁਹਾਡਾ ਦੋਸਤ ਮੁਹੰਮਦ ਇਮਰਾਨ ਖਾਨ। ਇਮਰਾਨ ਖਾਨ, ਤਹਿਸੀਲ ਹਰੂਨਾਬਾਦ, ਜ਼ਿਲ੍ਹਾ ਬਾਵਲ ਨਗਰ। ਅਤੇ ਦੋਸਤੋ, ਵੀਡੀਓ ਮੁਕੰਮਲ ਦੇਖਣ ਦਾ ਤੁਹਾਨੂੰ ਇਹ ਫਾਇਦਾ ਹੋਏਗਾ, ਤੁਹਾਡੇ ਟਾਈਮ ਦੀ ਬੱਚਤ ਹੋ ਜਾਏਗੀ। ਅਤੇ ਦੇਖੋ, ਸਾਡੇ ਕੋਲ ਐਚ ਡੀ ਕੈਮਰੇ ਕੋਈ ਨਹੀਂ, ਡਰੋਨ ਕੈਮਰੇ ਸਾਡੇ ਕੋਲ ਕੋਈ ਨਹੀਂ, ਸਾਡੇ ਕੋਲ ਇੱਕ ਮੋਬਾਈਲ ਹੈ ਅਤੇ ਮੋਟਰਸਾਈਕਲ ਹੈ। ਇਹਦੇ 'ਤੇ ਜਨਾਬ ਵੇਲੇ ਅਸੀਂ ਵੀਡੀਓ ਬਣਾਈ ਦੀ ਹੈ। ਅਤੇ ਕਿਉਂਕਿ ਐਚ ਡੀ ਕੈਮਰੇ, ਡਰੋਨ ਕੈਮਰੇ ਲਿਆ ਹੀ ਹੈ ਨਾ, ਅਤੇ ਇਹ ਜਿਹੜਾ ਰਕਮਾ ਤੁਹਾਨੂੰ ਅਸਲ ਸ਼ਕਲ 'ਚ ਨਜ਼ਰ ਆ ਰਿਹਾ ਨਾ, ਇਹੋ ਹੀ ਤੁਹਾਨੂੰ ਸਬਜ਼ੋਬਜ਼ਾਰ, ਬਾਗ, ਬੁੱਗਲੇ, ਗੁਲਜ਼ਾਰ ਲੱਗੇਗਾ। ਅਤੇ ਉੱਥੇ ਬਹਿ ਕੇ ਇੰਨੇ ਦੂਰ ਤੋਂ ਲੋਕ ਜਦੋਂ ਵੇਖਦੇ ਨੇ ਤਾਂ ਉਹਨਾਂ ਦੇ ਦਿਲ ਨੂੰ ਖਿੱਚ ਪੈਂਦੀ ਹੈ ਕਿ ਯਾਰ ਇਹੋ ਜਿਹਾ ਰਕਬਾ ਅਤੇ ਇਸ ਰੇਟ 'ਚ। ਅਤੇ ਇਸ ਲਈ ਅਸੀਂ ਮੋਬਾਈਲ 'ਤੇ ਹੀ ਵੀਡੀਓ ਬਣਾਉਂਦੇ ਹਾਂ ਤਾਂ ਕਿ ਜਿਹੜਾ ਵਿਊ ਮੌਕੇ ਤੋਂ ਹੋਵੇ ਉਹ ਹੀ ਤੁਹਾਡੇ ਤੱਕ ਪਹੁੰਚੇ। ਬਾਕੀ ਡਰੋਨ ਕੈਮਰਾ ਵੀ ਲੈ ਲਾਂਗੇ, ਐਚ ਡੀ ਵੀ ਲੈ ਲਾਂਗੇ, ਲੇਕਿਨ ਨਹੀਂ, ਫਿਰ ਆਣ ਕੇ ਲੋਕਾਂ ਦਾ ਜ਼ਿਹਨ ਤਬਦੀਲ ਹੁੰਦਾ ਕਿ ਯਾਰ ਉਦੋਂ ਕੁਛ ਹੋਰ ਵਿਖਾ ਰਹੇ ਨੇ, ਇੱਥੇ ਕੁਛ ਹੋਰ, ਇਹ ਰਕਬਾ ਹੋਰ, ਇਹ ਹੋਰ। ਲੇਕਿਨ ਇਹ ਮੌਕੇ 'ਤੇ ਅਸੀਂ ਖਲੋ ਕੇ ਤੁਹਾਨੂੰ ਰਕਬਾ ਦਿੰਦੇ ਹਾਂ, ਅਤੇ ਜਿਹੜਾ ਕੁਛ ਤੁਹਾਨੂੰ ਵੀਡੀਓ 'ਚ ਨਜ਼ਰ ਆਏਗਾ ਨਾ, ਉਹੀ ਮੌਕੇ 'ਤੇ ਆਣ ਕੇ ਨਜ਼ਰ ਆਏਗਾ। ਨਿਸ਼ਾਨੀ ਰੱਖ ਲਓ, ਇਹ ਵੇਖੋ, ਇਹ ਮੋਟਰਸਾਈਕਲ ਖੜ੍ਹਾ, ਉਹ ਅਤੇ ਇਹ ਵਿੱਚ ਜਾਲੀਆਂ ਖੜੀਆਂ ਨੇ, ਇਹ ਨਰਮਾ ਬੀਜਾ, ਇਹ ਛੋਟੀ ਖਾਲੀ ਆਉਂਦੀ ਪਈ। ਲੇਕਿਨ ਦੋਸਤੋ, ਤੁਹਾਨੂੰ ਲੋਕੇਸ਼ਨ ਦੱਸਣਾ ਵਾ, ਉਸ ਤੋਂ ਬਾਅਦ ਤੁਹਾਨੂੰ ਡਿਮਾਂਡ ਦੱਸਣੇ ਆ। ਦੋਸਤੋ, ਇਹ 5.5 ਏਕੜ, ਅਗਰ ਜਿਹੜੀ ਪਹਿਲੇ 3 ਕਿੱਲਿਆਂ ਦੀ ਵੀਡੀਓ ਬਣੀ ਇਹ, ਅਤੇ ਉਹ ਅਗਰ 2 ਭਰਾਵਾਂ ਦਾ ਰਕਬਾ, ਅਗਰ ਇਕੱਠਾ ਕੋਈ ਲੈਣਾ ਚਾਹੇ ਤਾਂ ਉਹ ਵੀ ਮਿਲ ਜਾਏਗਾ, ਅਗਰ ਵੱਖਰਾ ਲੈਣਾ ਚਾਹੇ ਤਾਂ ਵੀ ਮਿਲ ਜਾਏਗਾ। ਅਤੇ ਦੋਸਤੋ, ਇਹ 5 ਏਕੜ, 5.25 ਏਕੜ ਬਿਲਕੁਲ, ਉਹ ਥਰੈਸ਼ਰ ਲੱਗੀ ਹੈ, ਥਰੈਸ਼ਰ ਤੱਕ ਜਾਂਦਾ ਰਕਬਾ ਦੋਸਤੋ। ਅਤੇ ਲੋਕੇਸ਼ਨ, ਤਹਿਸੀਲ ਚਿਸ਼ਤੀਆਂ, ਜ਼ਿਲ੍ਹਾ ਬਹਾਵਲ ਨਗਰ ਦੇ ਵਿੱਚ ਰਕਬਾ ਮੌਜੂਦ ਹੈ ਦੋਸਤੋ, ਐਨ ਦਾ ਪੱਕਾ ਖਾਲ ਹੈ ਦੋਸਤੋ ਜੀ। ਅਤੇ ਬਾਕੀ ਇਹ ਸਾਹਮਣੇ 1 ਏਕੜ 'ਤੇ, 1 ਕਿੱਲੇ 'ਤੇ ਨਹਿਰ ਖੜ੍ਹੀ ਹੈ, ਅਤੇ ਰਕਬਾ ਹਰੂਨਾਬਾਦ ਦੇ ਕਰੀਬ ਹੈ, ਕਿਉਂਕਿ ਹਰੂਨਾਬਾਦ ਤੋਂ ਤਕਰੀਬਨ ਇੱਕ ਮੇਨ ਰੋਡ ਆਉਂਦਾ ਚਿਸ਼ਤੀਆਂ ਬਾਵਲ ਨਗਰ ਰੋਡ ਨੂੰ ਟੱਚ ਕਰਦਾ, ਅਤੇ ਉਹਦੇ 'ਤੇ ਰਕਬਾ ਪਿਆ ਦੋਸਤੋ। ਅਤੇ ਉਹਦੇ ਤੋਂ ਅੱਗੋਂ ਲਿੰਕ ਰੋਡ ਆਉਂਦਾ 4 ਕਿਲੋਮੀਟਰ। ਦੇਖੋ ਨਾ, ਪੂਰੀ ਲੋਕੇਸ਼ਨ ਦੇਣਾ, ਅਤੇ ਬਾਕੀ ਅੱਗੇ ਨਸੀਬਾਂ ਦੀ ਗੱਲ ਹੈ। ਅਤੇ ਅੱਗੇ ਆਣ ਕੇ ਫਿਰ ਕੱਚਾ ਰਸਤਾ ਆਉਂਦਾ ਕੋਈ 3-4 ਮਰਬੇ, ਅਤੇ ਉਹਦੇ ਉੱਤੇ ਰਕਬਾ ਪਿਆ ਦੋਸਤੋ, ਅਤੇ ਨਹਿਰ ਤੋਂ ਬਿਲਕੁਲ 1 ਕਿੱਲਾ ਹਟਵਾਂ, ਅਤੇ ਪੱਖਾ ਖਾਲਿਆਂ ਦੇ 'ਚ ਆਉਂਦਾ, ਅਤੇ ਦੋਸਤੋ ਸਲਾਨਾ ਇਹਦਾ ਪਾਣੀ ਹੈ, ਔਰ 50 ਕਿੱਲੇ ਦਾ 1 ਘੰਟਾ 35 ਮਿੰਟ ਪਾਣੀ ਹੈ, ਯਾਨੀ 95 ਮਿੰਟ। ਲੇਕਿਨ ਉਹਦੀ ਵਜ੍ਹਾ ਕੀ ਹੈ ਕਿ ਇਹ ਮੋਗਾ ਅਲੱਗਾ ਲੱਗਿਆ ਰਕਬਿਆਂ ਨੂੰ, ਕੁਛ ਰਕਬਿਆਂ ਨੂੰ ਛੋਟਾ ਮੋਗਾ ਲੱਗਦਾ, ਅਤੇ ਕਿਉਂਕਿ ਤੁਹਾਨੂੰ ਪਹਿਲੇ ਵੀਡੀਓ 'ਚ ਹੀ ਦੱਸ ਦਈਏ, ਉਹ ਨਾ ਵੇ ਕੱਲ੍ਹ ਨੂੰ ਤੁਸੀਂ ਆਖੋ ਵੀ ਇਹ ਵੱਡਾ ਮੋਗਾ ਨਹੀਂ ਛੋਟਾ ਮੋਗਾ, ਅਤੇ ਫਿਰ ਟਾਈਮ ਵੇਖ ਲਓ ਕਿ 1 ਘੰਟਾ 35 ਮਿੰਟ 50 ਕਿੱਲੇ ਦਾ ਪਾਣੀ। ਅਜੇ ਤੱਕ ਤਾਂ ਮੈਂ ਜਿੰਨੀਆਂ ਵੀ ਵੀਡੀਓ ਬਣਾਈ ਨਾ, ਸਿਰਫ 1-3 ਸਾਲ ਪਹਿਲੇ ਵੀਡੀਓ ਬਣਾਈ ਸੀ ਜਿਹਦੇ ਸਿਰਫ 45 ਮਿੰਟ ਕਿੱਲੇ ਦਾ ਪਾਣੀ ਸੀ, ਨਾ 55 ਮਿੰਟ, ਕੁਛ 60, ਯਾਨੀ 1 ਘੰਟਾ ਸੀ, ਇਹ 1 ਘੰਟਾ 35 ਮਿੰਟ ਪਾਣੀ ਹੈ। ਅਤੇ ਇਸ ਲਈ ਹੁਣ ਕਣਕਾਂ ਦੀ ਵਾਢੀ ਪੈ ਗਈ ਹੈ, ਤਾਂ ਇੱਕ ਜਗ੍ਹਾ 'ਤੇ ਖੜੋ ਕੇ ਤੁਹਾਡੇ ਵਾਸਤੇ ਵੀਡੀਓ ਬਣਾਉਂਦੇ ਪਏ, ਅਤੇ ਕੋਸ਼ਿਸ਼ ਇਹੀ ਕਰੀਦੀ ਕਿ ਜਦ ਮੌਕੇ 'ਤੇ ਜਾ ਕੇ ਵੀਡੀਓ ਬਣਾਓ। ਥੱਲੇ ਦਾ ਪਾਣੀ ਮਿੱਠਾ ਸ਼ਹਿਦ ਰੰਗਾ, ਅਤੇ ਤਕਰੀਬਨ ਇਹ ਦੂਸਰਾ ਪਾਣੀ ਇਹਨੂੰ ਪੈਂਦਾ ਮੋਗੇ ਦਾ,
ਤੇ ਦੋਸਤਾਨੋ ਜ਼ਮਾ ਚੈਨਲ ਸਬਸਕ੍ਰਾਈਬ ਕਿਓ ਦੀ ਬੈਲ ਆਈਕਨ ਘੰਟੀ ਦਬਾਓ ਕਿ ਸਟੂਲ ਜ਼ਮਖ ਕੀ ਜ਼ਮਾ ਵੀਡੀਓ ਤਾਸ਼ ਤਾ ਵਰਸੀ ਜੀ ਕੋਸ਼ਿਸ਼ ਵਕੀ ਸੀ ਪੰਜਾਬ ਕੀ ਜ਼ਮਖ ਕੀ ਵਾਖਲੇ ਦੇ ਮੁਸਤਕਬਿਲ ਦੇ ਪਾਰਾ ਜ਼ਬ ਮੜੀ ਮਾ ਇਮਾ ਖਬਰ ਬ ਤਾਸ਼ ਤਾ ਚਲੀ ਜੀ ਬਿਆ ਬਤਾਸ਼ ਤਾ ਅਰਮਾਨ ਦਰਜੀ ਨੋ ਪੰਜਾਬ ਕੀ ਜ਼ਮਖ ਕੀ ਵਾਖਲੇ ਖੁਲ ਜ਼ਮਖ ਕੀ ਦੇ ਅਰਜ਼ਾਨ ਦੇ ਮੁਸਤਕਬਿਲ ਦੇ ਪਾਰਾ ਕਾਰੋਬਾਰ ਦੇ ਪਾਰਾ ਖੇ ਜ਼ਮਖ ਕੀ ਦੇ ਮਾਸ਼ਾਅੱਲਾ ਤੇ ਦੋਸਤੋ ਪੰਜਾਬੀ ਚ ਹੁਣ ਵਲੌਗ ਕਰ ਰਹੇ ਕਿਉਂਕਿ ਦੋਸਤਾਂ ਦੀ ਫਰਮਾਇਸ਼ ਹੈ ਕਿ ਤੁਸੀਂ ਪੰਜਾਬ ਚ ਰਹਿੰਦੇ ਹੋ ਪੰਜਾਬ ਚ ਪੰਜਾਬੀ ਚ ਗੱਲ ਕਰੋ ਤੇ ਕਰ ਰਹੇ ਮਾਸ਼ਾਅੱਲਾ ਕੋਈ ਟੈਨਸ਼ਨ ਨਹੀਂ ਹੈ ਜਦੋਂ ਪੈਦਾਇਸ਼ ਹੀ ਇੱਥੋਂ ਦੀ ਜੰਮਪਲ ਇੱਥੋਂ ਦੀ ਰਹਿਣ ਸਹਿਣ ਇੱਥੋਂ ਦਾ ਤਾਂ ਫਿਰ ਸਾਡੇ ਵਾਸਤੇ ਕਦੀ ਟੈਨਸ਼ਨ ਹੈ ਕੋਈ ਟੈਨਸ਼ਨ ਨਹੀਂ ਉਰਦੂ 'ਚ ਤਾਂ ਇਸ ਲਈ ਗੱਲ ਕਰਦਾ ਸੀ ਕਿ ਜਿਹੜੇ ਯੂਰਪ 'ਚ ਸਾਡੇ ਦੋਸਤ ਬੈਠੇ ਨੇ ਯੂਰਪ ਕੰਟਰੀਆਂ 'ਚ ਉਹ ਜ਼ਿਆਦਾਤਰ ਉੱਥੇ ਉਰਦੂ ਬੋਲਦੇ ਨੇ ਇੰਗਲਿਸ਼ ਅਤੇ ਉਰਦੂ ਤੋਂ ਉਹਨਾਂ ਨੂੰ ਜ਼ਰਾ ਪੰਜਾਬੀ ਦੀ ਥੋੜ੍ਹੀ ਔਖੀ ਸਮਝ ਆਉਂਦੀ ਸੀ ਕੁਝ ਜ਼ਿਆਦਾ ਸਾਡੇ KPK ਦੇ ਸਾਡੇ ਦੋਸਤ ਨੇ ਜਾਂ ਬਲੋਚਿਸਤਾਨ ਦੇ ਪਠਾਨ ਬਰਾਦਰੀ ਖਾਨ ਬਰਾਦਰੀ ਪਖਤੂਨ ਬਰਾਦਰੀ ਇਹਨਾਂ ਵਾਸਤੇ ਥੋੜ੍ਹੀ ਜਿਹੀ ਪੰਜਾਬੀ ਮੁਸ਼ਕਲ ਹੁੰਦੀ ਉਹਨਾਂ ਨੂੰ ਉਰਦੂ ਦੀ ਸਮਝ ਚੰਗੀ ਆਉਂਦੀ ਅਤੇ ਦੋਸਤੋ ਡਿਮਾਂਡ ਦੀ ਅਗਰ ਗੱਲ ਕੀਤੀ ਜਾਵੇ ਤਾਂ ਡਿਮਾਂਡ ਇਹਦਾ ਜੀ 32 ਲੱਖ ਰੁਪਈਆ ਫੀ ਏਕੜ ਦਾ ਡਿਮਾਂਡ ਹੈ ਦੋਸਤੋ ਬਾਕੀ ਇਨਸ਼ਾਅੱਲਾ ਮੌਕੇ 'ਤੇ ਅੱਛਾ ਡਿਸਕਾਊਂਟ ਹੋਵੇਗਾ ਅੱਛਾ ਰਿਸਪੋਂਸ ਮਿਲੇਗਾ ਅਤੇ ਕੋਸ਼ਿਸ਼ ਕਰੋ ਅਗਰ ਸਾਡੀ ਵੀਡੀਓ ਪਸੰਦ ਆਵੇ ਤਾਂ ਲਾਈਕ ਕਰੋ ਅਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੇਂ ਦੋਸਤ ਆਲ ਵੀਡੀਓ 'ਤੇ ਜਾਣ ਅਤੇ ਇਨਸ਼ਾਅੱਲਾ ਉਹਨਾਂ ਨੂੰ ਅੱਛਾ ਰਿਜ਼ਲਟ ਮਿਲੇਗਾ ਆਪਣੀਆਂ ਦੁਆਵਾਂ 'ਚ ਯਾਦ ਰੱਖੋ ਫੀ ਇਮਾਨਿਲਾ ਅੱਲਾ ਹਾਫਿਜ਼।